ਚੁਗਲਾ ਮੈਂ ਲੋਹੜੀ ਗਲੋਂ ਗੁਲਾਮੀ ਪਹਿਲਾਂ ਕੀਆਂ ਗੱਤੀ ਪਾ ਦੂੰਗਾ ਹੀਰੇ ਵਰਗੇ ਪੁੱਤਰ ਮਾਤਾ ਕੰਗਣਾ ਵਾਂਗ ਲਟਾ ਦੂੰਗਾ ਪਿਓ ਦਾਦੇ ਨੂੰ ਮਾਰ ਮੁਕਾ ਕੇ ਪੁੱਤਰ ਹੁਕਮ ਚਲਾਉਂਦੇ ਨੇ ਜੰਝੂ ਲਾ ਕੇ ਮੁਸਲਿਮ ਬਣ ਜਾ ਸਭ ਨੂੰ ਹੁਕਮ ਸੁਣਾਉਂਦੇ ਨੇ ਆਪਣੇ ਹੱਕ ਦੀ ਖਾਤਰ ਲੜਨਾ ਚੁੱਪ ਕਰਕੇ ਹੁਣ ਪੈਣਾ ਨਹੀਂ ਨੂੰ ਹੁਣ ਸ਼ੇਰ ਬਣਾ ਕੇ ਚਿੜੀਓ ਬਾਜ ਤੁੜਾ ਦੂੰਗਾ ਹੀਰੇ ਵਰਗੇ ਪੁੱਤਰ ਮਾਤਾ ਕੰਗਣਾ ਵਾਂਗ ਲਟਾ ਦੂੰਗਾ ਵਿੱਚ ਪਟਣੇ ਦੇ ਰੌਣਕ ਮੇਲੇ ਅੱਗੇ ਖੁਸ਼ੀ ਤੇ ਆਉਣੀ ਨਹੀਂ ਪਾਪੀ ਪਾਪ ਕਮਾਉਂਦੇ ਫਿਰਦੇ ਜ਼ੁਲਮ ਦੇ ਚੱਕਰ ਝੁਲਦੇ ਨੇ ਕੇ ਸਰਦਾਰੀ ਮਿਲਣੀ ਸਭ ਨੂੰ ਗੱਲ ਸਮਝਾ ਦੂੰਗਾ ਹੀਰੇ ਵਰਗੇ ਪੁੱਤਰ ਮਾਤਾ ਕੰਗਣਾ ਵਾਂਗ ਲਟਾ ਦੂੰਗਾ ਵਿੱਚ ਅਨੰਦਪੁਰ ਦੇ ਖੁਸ਼ੀਆਂ ਗਮੀਆਂ ਸਾਰੇ ਰੰਗ ਦਿਖਾ ਦੂੰਗਾ ਘਰ ਦੀ ਰੌਣਕ ਮੁੜ ਨਹੀਂ ਲੱਭਣੀ ਐਸੇ ਨਦੀਆਂ ਕੰਢੇ ਵਿਛੜ ਜਾਣਾ ਸਭ ਟੱਪਰਦਿਆਂ ਜੀਆਂ ਨੇ ਕਾਲੀ ਬੋਲੀ ਰਾਤ ਹਨੇਰੀ ਮੁੜ ਨਹੀਂ ਲੱਭਣਾ ਲੀਹਾਂ ਨੇ ਬੇਦੀ ਮਿਲ ਕੇ ਤੈਨੂੰ ਵੇਖੀ ਦਗਾ ਕਮਾ ਦੂਗਾ ਹੀਰੇ ਵਰਗੇ ਪੁੱਤਰ ਮਾਤਾ ਕੰਗਣਾ ਵਾਂਗ ਲਟਾ ਦੂਗਾ ਸੁਖੀ ਦੇ ਮਹਿਲਾਂ ਦੀਆਂ ਨੀਹਾਂ
ਗੱਲ ਕਿਹੜੀ ਹੈ, ਜਿੱਦਾਂ ਦਾ ਵਕਤ ਆਊਗੀ ਲਾਜੀ ਘੱਟ ਗੁਜ਼ਰਾਂਗੇ। ਮਾਂ ਗੁਜ਼ਰੀ ਕਿਤੇ ਘੱਟ ਹੌਸਲੇ ਵਾਲੀ ਸੀ, ਪੌਣੇ 9 ਸਾਲ ਦੀ ਉਮਰ ਗੋਬਿੰਦ ਰਾਏ ਦੀ, ਜਿੱਦਣ ਸਿਰ ਦਾ ਸਾਈਂ ਦਿੱਲੀ ਨੂੰ ਤੋੜ ਦਿੱਤਾ, ਸਰਹੰਦ ਦੀ ਧਰਤੀ ਪੋਹ ਦਾ ਮਹੀਨਾ ਆ ਸਾਕਾ ਲੰਘ ਕੇ ਗਿਆ ਥੋੜੇ ਦਿਨ ਪਹਿਲਾਂ, ਗਾਰੇ ਦੇ ਪੱਜ ਜਲਾਦ ਆਇਆ ਮਾਤਾ ਗੁਜ਼ਰੀ ਨੂੰ ਦੱਸਣ ਲਈ, ਦੌੜਾ ਗਾਰੇ ਦੇ ਪੱਜ ਜਲਾਦ ਆਇਆ, ਆ ਕੇ ਮਾਂ ਤੇ ਗੁਜ਼ਰੀ ਨੂੰ ਕਹਿਣ ਲੱਗਾ, ਨੀ ਜਿਹੜਾ ਜੋੜਾ ਸੰਭਾਲ ਕੇ ਰੱਖਦੀ ਸੀ ਮਾਤਾ ਭੁੱਲ ਗਏ, ਉਹ ਵੀ ਨੀ ਰਹਿਣ ਲੱਗਾ, ਇੱਕ ਵਿੱਚ ਚਮਕੌਰ ਸ਼ਹੀਦ ਹੋਇਆ, ਦੂਜਾ ਇੱਟਾਂ ਦੇ ਵਿੱਚ ਅੱਜ ਢਹਿਣ ਲੱਗਾ, ਨੀ ਜਿਹਨੂੰ ਵੇਖ ਕੇ ਚੰਦ ਸ਼ਰਮਾਉਂਦੇ ਸੀ ਤੇਰੇ ਲਾਲਾ ਨੂੰ ਲੱਗਣ ਰਹਿਣ ਲੱਗਾ, ਮਾਤਾ ਜ਼ੁਲਮ ਹੋਇਆ ਤੇਰੇ ਬੱਚਿਆਂ ਨਾਲ, ਤੇਰੇ ਲਾਲ ਦੇ ਲਾਲ ਉਹ ਜਾ ਰਹੇ ਨੇ, ਸਾਲੂ ਵਿੱਚ ਲਪੇਟ ਕੇ ਰੱਖਦੀ ਸੀ ਇੱਟਾਂ ਵਿੱਚ ਲਪੇਟੇ ਅੱਜ ਜਾ ਰਹੇ ਨੇ। ਫਿਰ ਮਾਤਾ ਗੁਜ਼ਰੀ ਨੇ ਕੀ ਜਵਾਬ ਦਿੱਤਾ ਅੱਗੋਂ? ਮਾਤਾ ਗੁਜ਼ਰੀ ਨੇ ਅੱਗੋਂ ਜਵਾਬ ਦਿੱਤਾ, ਮੇਰਾ ਨਾਂ ਗੁਜ਼ਰੀ, ਮੇਰੀ ਅੱਲ ਗੁਜ਼ਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ, ਪਲ ਪਲ ਗੁਜ਼ਰੀ, ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆਖਰ ਮੌਤ ਕਹਿੰਦੀ ਤੂੰ ਵੀ ਚੱਲ ਗੁਜ਼ਰੀ, ਇਸੇ ਲਈ ਗੁਜ਼ਰੀ ਮੈਨੂੰ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਝੱਲ ਗੁਜ਼ਰੀ, ਜਾਓ ਬਣਾ ਦਿਓ ਕੰਧ ਜਾ ਕੇ, ਬੇ ਮੇਰੇ ਸਫ਼ਰ ਅਵਲੜੇ ਮੁਕੜੇ ਨਹੀਂ, ਝੁੱਕ ਜਾਊ ਹਮਾਲਾ ਦਾ ਸੀਸ ਭਾਵੇਂ ਕਲਗੀ ਧਰ ਦੇ ਲਾਡਲੇ, ਝੁਕੜੇ ਨਹੀਂ। ਉਹ ਮਾਤਾ ਗੁਜ਼ਰੀ ਆਖਿਆ, ਲਾਲ ਜੀ ਹੀਰਿਆ ਕੰਗਣਾ ਦੀ ਗੱਲ ਕਿਹੜੀ ਹੈ, ਜਿੱਦਾਂ ਦਾ ਸਮਾਂ ਆਇਆ ਆਪਾਂ ਕੱਟ ਗੁਜ਼ਰਾਂਗੇ, ਸੋ ਉਹਨੇ ਕੱਟਿਆ ਵੀ। ਸੋ ਖਾਲਸਾ ਜੀ, ਇਤਿਹਾਸ ਸਮੁੰਦਰ ਦੀ ਨਿਆਈ ਹੈ, ਸਮੇਂ ਨੂੰ ਵੀ ਸੀਮਤ ਰੱਖਣਾ ਹੈ, ਇੰਨਾ ਇਤਿਹਾਸ ਪ੍ਰਵਾਨ ਕਰਨਾ, ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, ਕੋਈ ਵਿਦਵਾਨ ਨਹੀਂ ਹਾਂ, ਤੁਸ ਜਿਹੀ ਸੇਵਾ ਪ੍ਰਵਾਨ ਕਰਨੀ, ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ, ਤੁਹਾਡਾ ਇੱਕ ਇੱਕ ਦਿੱਤਾ ਹੋਇਆ ਮਾਇਆ ਦਾ ਦਾਨ ਪਰਮਾਤਮਾ ਥਾਂਏ ਪਾਵੇ, ਤੁਹਾਡੀ ਕਾਲ ਥਾਂਏ ਪਾਵੇ, ਇਹ ਸੇਵਾ ਗੁਰੂ ਘਰ ਨੂੰ ਦਿੱਤੀ ਜਾ ਰਹੀ ਹੈ। ਸੋ ਬੁਲਾਓ ਫਤਿਹ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਉਹ ਵੀਰ ਜਿਵੇਂ ਕਿ ਪਿਆਰਿਓ ਇੱਕ ਸੰਸਾਰੀ ਦਰਿਆ ਬਣਦੇ ਹਨ, ਜਿਹੜੇ ਕਿ ਆਪਾਂ ਦੇਖੀਏ ਉਹ ਰੋਕੇ ਗਏ ਹਨ, ਰੋਕੇ ਜਾ ਸਕਦੇ ਹਨ ਅਤੇ ਰੋਕੇ ਹੋਏ ਹਨ। ਜਿਵੇਂ ਕਿ ਆਪਾਂ ਚੰਡੀਗੜ੍ਹ ਨੂੰ ਜਾਈਏ ਤਾਂ ਰੋਪੜ ਦੇ ਲਾਗੇ ਦਰਿਆ ਰੋਕਿਆ ਗਿਆ ਹੈ, ਉਸ ਤੋਂ ਨਹਿਰਾਂ ਨੂੰ ਪਾਣੀ ਸਪਲਾਈ ਹੁੰਦਾ ਹੈ। ਹੋਰ ਹਰੀਕੇ ਪੱਤਣ ਜਾਈਏ ਉਹ ਦਰਿਆ ਰੋਕਿਆ ਗਿਆ ਹੈ ਕਿ ਉਹ ਸੰਸਾਰੀ ਦਰਿਆ ਹੈ। ਪਰ ਮੇਰੇ ਸਤਸੰਗੀਓ, ਇਹਨਾਂ ਵੀਰਾਂ ਦੇ ਮਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਦਾ ਦਰਿਆ ਵਗਦਾ ਹੈ, ਇਸ ਦਰਿਆ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਉਸ ਤੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਹੁੰਦੀ ਹੈ। ਇਹਨਾਂ ਮੇਰੇ ਵੀਰਾਂ ਦੇ ਮਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਦਾ ਦਰਿਆ ਵਗਦਾ ਹੈ। ਸੋ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹਨਾਂ ਸੇਵਕਾਂ ਵਾਸਤੇ ਇਹੋ ਅਰਦਾਸ ਬੇਨਤੀ ਕਰਾਂਗੇ ਕਿ ਇਹ ਗੁਰਮੁਖ ਪਿਆਰੇ ਸਾਡੇ ਵੀਰ ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਦੇ ਰਹਿਣ ਅਤੇ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਦੇ ਰਹਿਣ। ਸੋ ਗੁਰਦੁਆਰਾ ਸਾਹਿਬ ਜੀ ਦੀ ਸਾਰੀ ਪ੍ਰਬੰਧਕ ਕਮੇਟੀ ਦੀ ਤਰਫੋਂ ਇਹਨਾਂ ਪਿਆਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਓ ਹੁਣ ਮੈਂ ਇਸ ਤੋਂ ਅੱਗੇ ਬੇਨਤੀ ਕਰਾਂਗਾ।